ਬਠਿੰਡਾ ਦੇ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਕੁਲਵੀਰ ਨਰਵਾਣਾ ਸਾਡੇ ਵਿੱਚ ਨਹੀਂ ਰਿਹਾ। ਬੀਤੀ 7 ਜੁਲਾਈ ਬੁੱਧਵਾਰ ਦੇ ਦਿਨ ਨੂੰ ਸਵੇਰੇ ਉਸਦੇ ਸਾਥੀ ਮਨਪ੍ਰੀਤ ਮੰਨਾ ਵੱਲੋਂ ਹੀ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ ਕੁਝ ਘੰਟੇ ਬਾਅਦ ਹੀ ਮਨਪ੍ਰੀਤ ਮੰਨੇ ਨੂੰ ਜ਼ਖਮੀ ਹਾਲਤ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਕੁਲਵੀਰ ਨਰਵਾਣਾ ਬਾਰੇ ਵੀ ਕਈ ਵੱਡੇ ਖੁਲਾਸੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਅੱਜ ਇੱਕ ਵਾਰ ਫਿਰ ਉਸਦੇ ਭਰਾ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਕੁਲਵੀਰ ਨਰਵਾਣਾ ਦੇ ਕਤਲ ਤੋਂ ਬਾਅਦ ਕੁਲਵੀਰ ਬਾਰੇ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਈਆਂ, ਜਿਨ੍ਹਾਂ ਵਿੱਚੋਂ ਅੱਜ ਇੱਕ ਵਾਰ ਫਿਰ ਕੁਲਵੀਰ ਨਰਵਾਣੇ ਦੇ ਭਰਾ ਵੱਲੋਂ ਉਸਦੇ ਕਤਲ ਸੰਬੰਧੀ ਵੱਡੇ ਖੁਲਾਸੇ ਕੀਤੇ ਗਏ ਨੇ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਜਿਸ ਮੰਨੇ ਨੇ ਕੁਲਬੀਰ ਦਾ ਕਤਲ ਕੀਤਾ ਉਸਨੇ ਕਤਲ ਲਈ ਕਰੋੜਾਂ ਰੁਪਏ ਲਏ ਨੇ। ਉਹਨਾਂ ਕਿਹਾ ਕਿ ਜਿਸ ਵਿਅਕਤੀ ਕੋਲ ਆਪਣੇ ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਸਨ ਹੁੰਦੇ, ਉਸ ਕੋਲ ਫੋਰਚੂਨਰ ਗੱਡੀ ਮਹਿੰਗੇ ਹਥਿਆਰ ਕਿਵੇਂ ਆ ਗਏ। ਉਹਨਾਂ ਕਿਹਾ ਕਿ ਉਸਨੇ ਸਾਰਾ ਕੰਮ ਪੈਸਿਆਂ ਦੇ ਲਾਲਚ ਸਦਕਾ ਕੀਤਾ। ਉਹਨਾਂ ਕਿਹਾ ਕਿ ਮੰਨੇ ਨੇ ਕੁਲਬੀਰ ਦਾ ਕਤਲ ਕਰਨ ਬਦਲੇ ਘੱਟ ਤੋਂ ਘੱਟ 2 ਤੋਂ 2.5 ਕਰੋੜ ਰੁਪਏ ਲਏ ਸਨ। ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਕੁਲਬੀਰ ਦੇ ਕਤਲ ਕਰਨ ਤੋਂ 1-2 ਦਿਨ ਪਹਿਲਾਂ ਹੀ ਮੰਨੇ ਨੇ ਲੱਖਾਂ ਰੁਪਏ ਦੀ ਸ਼ੋਪਿੰਗ ਵੀ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਜਿਸ ਦਿਨ ਮੰਨੇ ਨੇ ਕੁਲਬੀਰ ਦਾ ਕਤਲ ਕੀਤਾ ਸੀ ਉਸ ਦਿਨ ਮੰਨਾ ਸਵੇਰੇ 4 ਵਜੇ ਘਰ ਤੋਂ ਆਪਣਾ ਪਾਸਪੋਰਟ ਅਤੇ ਇੱਕ ਬੈਗ ਚੁੱਕ ਕੇ ਨਿਕਲ ਗਿਆ ਸੀ। ਉਸਨੇ ਇਹ ਵੀ ਖੁਲਾਸਾ ਕੀਤਾ ਕਿ 1 ਦਿਨ ਪਹਿਲਾਂ ਜਦੋਂ ਕੁਲਬੀਰ 'ਤੇ ਹਮਲਾ ਹੋਇਆ ਸੀ ਉਸ ਦਿਨ ਵੀ ਉਹ ਘਰ ਤੋਂ ਬਾਹਰ ਹੀ ਰਿਹਾ ਸੀ ਅਤੇ ਉਹ ਵੀ ਉਸ ਦਿਨ ਉਹਨਾਂ ਵਿਅਕਤੀਆਂ ਨਾਲ ਹੋਣ ਬਾਰੇ ਸ਼ੱਕ ਜ਼ਾਹਿਰ ਕੀਤਾ ਗਿਆ। ਦੱਸ ਦਈਏ ਕਿ ਬੀਤੀ 7 ਜੁਲਾਈ ਬੁੱਧਵਾਰ ਨੂੰ ਕੁਲਵੀਰ ਨਰਵਾਣਾ ਨੂੰ ਉਸਦੇ ਹੀ ਸਾਥੀ ਮਨਪ੍ਰੀਤ ਮੰਨਾ ਵੱਲੋਂ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਨਪ੍ਰੀਤ ਸਿੰਘ ਮੰਨਾ ਜੋ ਕਿ ਕੁਲਵੀਰ ਨਰਵਾਣਾ ਦਾ ਸਾਥੀ ਹੀ ਸੀ ਅਤੇ 15-20 ਸਾਲਾਂ ਤੋਂ ਉਸਦੇ ਨਾਲ ਕੰਮ ਕਰ ਰਿਹਾ ਸੀ। ਬੀਤੀ 7 ਜੁਲਾਈ ਸਵੇਰੇ ਲਗਭਗ 7 ਵਜੇ ਕੁਲਵੀਰ ਦੇ ਘਰ ਪਹੁੰਚਿਆ ਅਤੇ ਉਸਨੇ ਕੁਲਵੀਰ ਨੂੰ ਆਪਣੀ ਕਾਰ ਵਿੱਚ ਬਿਠਾਇਆ, ਜਿਸ ਤੋਂ ਬਾਅਦ ਮਨਪ੍ਰੀਤ ਮੰਨਾ ਨੇ ਉਸ 'ਤੇ ਲਗਾਤਾਰ ਫਾਇਰਿੰਗ ਕਰਕੇ ਕੁਲਵੀਰ ਦਾ ਕਤਲ ਕਰ ਦਿੱਤਾ ਸੀ। ਚੰਡੀਗੜ੍ਹ ਤੋਂ PBC ਨਿਊਜ਼ ਲਈ ਬਿਊਰੋ ਰਿਪੋਰਟ।